ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਵੰਤ ਸਿੰਘ ਗਗੜਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਹਨ ਬੀਬੀ ਸਰਬਜੀਤ ਕੌਰ ਜੀ, ਜੋ ਬਲਾਕ ਸੰਮਤੀ ਜੋਨ ਇਸ ਰਿਹੜੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ। ਬੀਬੀ ਸਰਬਜੀਤ ਕੌਰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ, ਜਦੋਂ ਤੁਸੀਂ ਪ੍ਰਚਾਰ ਕਰਦੇ ਹੋਏ ਲੋਕਾਂ ਦੇ ਘਰਾਂ ਵਿੱਚ ਜਾਂਦੇ ਹੋ, ਤਾਂ ਲੋਕਾਂ ਦੇ ਕੀ ਮਸਲੇ ਨੇ ਜਿਹੜੇ ਤੁਹਾਡੇ ਕੋਲ ਉਠਾਉਂਦੇ ਨੇ? ਲੋਕਾਂ ਦੀਆਂ ਪ੍ਰੋਬਲਮਸ, ਲੋਕਾਂ ਦੀਆਂ ਸਮੱਸਿਆਵਾਂ ਕੀ ਤੁਹਾਨੂੰ ਦੱਸਦੇ ਨੇ? ਵੀਰ ਜੀ, ਪਿੰਡਾਂ ਵਿੱਚ ਲੋਕਾਂ ਦੀਆਂ ਬਹੁਤ ਸਮੱਸਿਆ ਹਨ, ਜਿਵੇਂ ਗਲੀਆਂ ਨਾਲੀਆਂ ਦੀਆਂ, ਅਤੇ ਸਭ ਤੋਂ ਵੱਡੀ ਸਮੱਸਿਆ ਗਰੀਬਾਂ ਦੇ ਵਿਹੜਿਆਂ ਦੀ ਹੈ। ਸਰਕਾਰ ਦੇ ਵਾਅਦੇ ਕੀਤੇ ਸਨ ਕਿ ਉਹਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ। ਜੇ ਸ਼ਗਨ ਸਕੀਮ ਦੀ ਗੱਲ ਕਰੀਏ, ਉਹ ਵੀ ਬੰਦ ਹੋ ਗਈ ਹੈ। ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਗਰੀਬ ਲੜਕੀਆਂ ਦੇ ਵਿਆਹ 'ਤੇ 51-51 ਹਜ਼ਾਰ ਰੁਪਈਆ ਸ਼ਗਨ ਸਕੀਮ ਦਿੱਤੀ ਜਾਵੇਗੀ, ਪਰ ਉਹ ਵੀ ਨਹੀਂ ਦਿੱਤੀ ਗਈ। ਗਰੀਬ ਨੂੰ ਇੱਕ ਲੜਕੀ ਵਿਆਹਣੀ ਬਹੁਤ ਔਖੀ ਹੈ। ਗਰੀਬ ਛੱਡੋ, ਹੁਣ ਤਾਂ ਆਮ ਆਦਮੀ ਨੂੰ ਵੀ ਧੀ ਵਿਆਹਣੀ ਬਹੁਤ ਔਖੀ ਹੈ। ਮੈਂ ਆਵਾਜ਼ ਉਠਾਵਾਂਗੀ ਜੋ ਇਹ ਸ਼ਗਨ ਸਕੀਮ ਲਾਗੂ ਕੀਤੀ ਜਾਵੇ। ਤੁਹਾਨੂੰ ਇੰਝ ਨਹੀਂ ਲੱਗਦਾ ਕਿ ਵੋਟਿੰਗ ਵਾਲੇ ਦਿਨ ਕੋਈ ਧੱਕਾ ਹੋ ਸਕਦਾ? ਮੈਨੂੰ ਨਹੀਂ ਲੱਗਦਾ ਕਿ ਕੋਈ ਧੱਕਾ ਕਰੇਗਾ, ਕਿਉਂਕਿ ਸਾਰੇ ਆਪਣੇ ਹੀ ਹਨ। ਪਿੰਡਾਂ ਵਿੱਚ ਆਪਸੀ ਸਾਂਝ ਹੈ, ਇਹੋ ਜਿਹਾ ਕੋਈ ਗਲਤ ਕੰਮ ਨਹੀਂ ਕਰੇਗਾ। ਸਰਬਜੀਤ ਕੌਰ ਜੀ, ਪਿੰਡਾਂ ਵਿੱਚ ਔਰਤਾਂ ਵੱਲੋਂ ਵੀ ਕੋਈ ਮੰਗ ਕੀਤੀ ਜਾ ਰਹੀ? ਹਾਂਜੀ, ਜਦੋਂ ਮੈਂ ਪਿੰਡਾਂ ਵਿੱਚ ਜਾਂਦੀ ਹਾਂ ਤਾਂ ਲੜਕੀਆਂ ਦੇ ਕਾਲਜ ਦੀ ਮੰਗ ਕੀਤੀ ਜਾਂਦੀ ਹੈ, ਜੋ ਕਿ ਸਾਡੇ ਨੇੜੇ ਤੇੜੇ ਲੜਕੀਆਂ ਵਾਸਤੇ ਕੋਈ ਕਾਲਜ ਨਹੀਂ ਹੈ। ਇਹ ਕਾਲਜ ਜ਼ਰੂਰੀ ਚਾਹੀਦਾ ਹੈ। ਜੋ ਇਹ ਮੰਗ ਬੀਬੀਆਂ ਦੀ ਹੈ, ਇਹ ਵੀ ਮੈਂ ਸਰਕਾਰ ਤੱਕ ਪਹੁੰਚਾਵਾਂਗੀ। ਬੀਬੀ ਜੀ, ਤੁਹਾਨੂੰ ਲੱਗਦਾ ਕਿ ਤੁਸੀਂ ਜਿੱਤ ਹਾਸਲ ਕਰੋਗੇ? ਹਾਂਜੀ, ਮੈਨੂੰ ਬਿਲਕੁਲ ਲੱਗ ਰਿਹਾ ਹੈ। ਜਿਸ ਤਰ੍ਹਾਂ ਪਿੰਡਾਂ ਵਿੱਚ ਰਿਸਪੌਂਸ ਮਿਲ ਰਿਹਾ ਹੈ, ਮੈਂ ਬਿਲਕੁਲ ਜਿੱਤਾਂਗੀ। ਮੈਂ ਤੁਹਾਡਾ ਆਈ ਪੰਜਾਬ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬੀਬੀ ਸਰਬਜੀਤ ਕੌਰ ਜੀ, ਸ਼੍ਰੋਮਣੀ ਅਕਾਲੀ ਦਲ ਦੇ ਜੋਨ ਇਸ ਰਿਹੜੀ ਤੋਂ ਉਮੀਦਵਾਰ। ਇਸ ਦੇ ਨਾਲ ਹੀ ਕੁਲਵੰਤ ਸਿੰਘ ਗਗੜਪੁਰੀ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।